ਰਾਤ ਨੂੰ ਜੀ 12:30 ਵਜੇ ਸਰ ਇੱਕਦਮ ਆਵਾਜ਼ ਆਈ ਜੀ। ਅਸੀਂ ਭੱਜ ਕੇ ਦੇਖਿਆ ਮੇਰੇ ਭਰਾ ਦੀ ਛੱਤ ਡਿੱਗੀ ਪਈ ਸੀ ਅਤੇ ਚੀਕ ਚਿਹਾੜਾ ਪੈ ਰਿਹਾ ਸੀਗਾ ਜੀ। ਰੌਲਾ ਪਾ ਕੇ ਜੀ ਪਿੰਡ ਵਾਲਿਆਂ ਨੂੰ ਇਕੱਠਾ ਕੀਤਾ, ਉਹਨਾਂ ਨੂੰ ਜੀ ਕੱਢਿਆ ਵਿੱਚੋਂ ਜੀ, ਉੱਤੇ ਡਿੱਗਿਆ ਪਿਆ ਸੀ ਮਲਵਾ ਜੀ ਪੱਥਰ, ਅਤੇ ਇਸ ਕਰਕੇ ਜੀ ਕੱਢ ਕੇ ਉਹਨਾਂ ਨੂੰ ਹਸਪਤਾਲ ਪਹੁੰਚਾਇਆ ਜੀ। ਅਤੇ 4 ਜਣੇ ਸੀਗੇ, 4 ਨੂੰ ਹਸਪਤਾਲ ਪਹੁੰਚਾਇਆ ਜੀ, ਅਤੇ ਉੱਥੇ ਜਾ ਕੇ ਜੀ ਇਲਾਜ ਕਰਵਾਇਆ ਅਤੇ ਹਰਪ੍ਰੀਤ ਕੌਰ ਦੀ ਡੈਥ ਹੋ ਗਈ ਸਰ। ਅਤੇ ਇਸ ਕਰਕੇ ਸਰਕਾਰ ਨੂੰ ਕਹਿੰਦੇ ਜੀ ਸਾਡੀ ਹੈਲਪ ਕੀਤੀ, ਮਦਦ ਕੀਤੀ ਜਾਵੇ ਜੀ। ਅਤੇ ਮਕਾਨ ਦਾ ਬਹੁਤ ਨੁਕਸਾਨ ਹੋਇਆ ਜੀ। ਕਿੰਨੀ ਉਮਰ ਸੀ ਕੁੜੀ ਦੀ? ਕੁੜੀ ਦੀ ਉਮਰ ਸੀਗੀ 18 ਸਾਲ ਦੀ। ਮੇਰਾ ਨਾਂ ਬੋਹੜ ਸਿੰਘ ਘਾਰੂ, ਮੈਂ ਅਦਾਲਤ ਮਹਾਂਪੰਚਾਇਤ ਦਾ ਵਾਈਸ ਚੇਅਰਮੈਨ ਹੈ। ਇਹ ਜਿਹੜਾ ਘਾਟਾ ਮੇਰੇ ਪਿੰਡ ਹੀ ਹੈ ਜਿਹੜੀ ਦੁਰਘਟਨਾ ਇਹ ਵਾਪਰੀ ਹੈ, ਆਪਣੇ ਜਸਪਾਲ ਸਿੰਘ ਮੁੰਡਾ ਮੇਰਾ ਭਤੀਜਾ, ਅਤੇ ਉਹਨਾਂ ਦਾ ਜਿਹੜਾ ਹੈਗਾ ਡੈਡੀ ਦਾ ਨਾਂ ਸਰਦਾਰ ਪ੍ਰਿਥੀ ਸਿੰਘ ਵਰੋਗਾ ਸੀ। ਕਾਫੀ ਵੱਡਾ ਪਰਿਵਾਰ ਹੈ ਇਹ, ਪਰ ਇਹ ਮਕਾਨ ਜਿਹੜਾ ਹੈਗਾ ਜਿਵੇਂ ਡਿੱਗਿਆ ਰਾਤ ਦੇ 12 ਵਜੇ, ਜਿਵੇਂ ਦੱਸ ਰਿਹਾ ਕਿ 12-1 ਵਜੇ ਜਿਹੜਾ ਮਕਾਨ ਇਹ ਝੋਨਾ ਲਾ ਰਹੇ ਸੀ, ਸਾਰੇ ਮਜ਼ਦੂਰ ਮਿਹਨਤ ਕਸ਼ੀ ਬੰਦੇ ਆ, ਝੋਨਾ ਲਾ ਰਹੇ ਸੀ, ਉਹਨਾਂ ਦੇ ਨਾਲ ਉਹਨਾਂ ਦੀ ਪਤਨੀ, ਉਹਨਾਂ ਦਾ ਬੇਟਾ ਅਤੇ ਉਹਨਾਂ ਦੀ ਬੇਟੀ, ਚਾਰੇ ਜਿਹੜੇ ਇਹ ਮਕਾਨ ਦੇ ਥੱਲੇ ਆ ਗਏ। ਕਾਫੀ ਮਕਾਨ ਵੀ ਇੰਨਾ, ਜੇ ਆਪਾਂ ਕਹਿ ਦਈਏ ਮਕਾਨ ਦੀ ਖਸਤਾ ਹਾਲਤ ਆ, ਮਕਾਨ ਵੀ ਨਵਾਂ ਹੀ ਸੀ। ਇਹ ਅਚਾਨਕ ਹੀ ਦੁਰਘਟਨਾ ਪਤਾ ਨਹੀਂ ਕਿਹੜੇ ਹਿਸਾਬ ਨਾਲ ਹੋਈ, ਕਿਵੇਂ ਹੋਈ, ਤੜਕੇ ਜਦੋਂ ਆ ਕੇ ਪਤਾ ਲੱਗਿਆ, ਦੇਖਿਆ ਤਾਂ ਦੱਸਿਆ ਵੀ ਇਸ ਤਰ੍ਹਾਂ ਕਰਕੇ ਵਿਆਹ ਗੱਲ ਆ, ਹੁਣੇ ਹੁਣੇ ਜਿਹੜਾ ਹੈਗਾ ਪਤਾ ਲੱਗਿਆ ਵੀ ਉਹ ਜਿਹੜੀ ਲੜਕੀ ਸੀ ਨਾਲ ਜੀ 16 ਸਾਲ ਦੀ, ਉਹਦੀ ਜਿਹੜੀ ਹੈਗੀ ਆ ਡੈਥ ਹੋ ਚੁੱਕੀ ਹੈ। ਇਸ ਕਰਕੇ ਪਰਿਵਾਰ ਜਿਹੜਾ ਹੈਗਾ ਬਹੁਤ ਗਰੀਬ ਪਰਿਵਾਰ ਅਤੇ ਬਹੁਤ ਵੱਡਾ ਸਦਨ ਲੱਗਿਆ, ਦਿਹਾੜੀਦਾਰ ਮਜ਼ਦੂਰ ਲੋਕ ਸੀਗੇ। ਸਾਡੀਆਂ ਪਿੰਡਾਂ ਦੇ ਵਿੱਚ ਇਹੀ ਸਵਾਲ ਆ, ਮਜ਼ਦੂਰਾਂ ਦੇ ਪ੍ਰਤੀ ਅਸੀਂ ਗੱਲਾਂ ਕਰਦੇ ਰਹਿੰਦੇ। ਅੱਜ ਜਿਹੜਾ ਸਾਡੇ ਪਿੰਡ ਦੇ ਵਿੱਚ ਦੁਰਘਟਨਾ ਹੋਈ ਹੈ, ਇਸ ਸਮੇਂ ਦੇ ਜਦੋਂ ਰੌਲਾ ਪਿਆ, ਸਾਰਾ ਪਿੰਡ ਇਕੱਠਾ ਹੋ ਕੇ ਮੌਕੇ 'ਤੇ ਐਂਬੂਲੈਂਸ ਨੂੰ ਬੁਲਾ ਕੇ ਮੌਕੇ 'ਤੇ ਭੇਜਿਆ ਮੈਡੀਕਲ ਫਰੀਦਕੋਟ। ਇਸ ਕਰਕੇ ਵੀ ਅਸੀਂ ਤਾਂ ਸਰਕਾਰ ਤੋਂ ਇਹੀ ਮੰਗ ਰੱਖਦੇ ਹਾਂ ਵੀ ਇਹਨਾਂ ਨੂੰ ਜਿਹੜਾ ਹੈਗਾ ਮਜ਼ਦੂਰਾਂ ਨੂੰ, ਗਰੀਬਾਂ ਨੂੰ ਜਿਹੜਾ ਹੈਗਾ ਮੁਆਵਜ਼ਾ ਵੱਡੀ ਪੱਧਰ 'ਤੇ ਮਕਾਨ ਦੀ ਸਾਰੀ ਕਰਕੇ। ਮੈਂ ਸਮੇਂ ਦੀ ਸਰਕਾਰ ਨੂੰ, ਸਮੇਂ ਦੇ ਅਧਿਕਾਰੀਆਂ ਨੂੰ ਇਹ ਬੇਨਤੀ ਜ਼ਰੂਰ ਕਰੂੰਗਾ, ਜਿਵੇਂ ਹੁਣ ਸਾਡੇ ਕਰਤਾ ਧਰਤਾ ਇੱਥੋਂ ਦੇ ਜਿਹੜੇ ਹੈਗੇ ਕੁਲਤਾਰ ਸਿੰਘ ਸੰਧਵਾ ਹੈਗੇ ਆ, ਬਹੁਤ ਵੱਡਾ ਉਹਨਾਂ ਕੋਲ ਪਦਵੀ ਵੀ ਬਹੁਤ ਹੈ, ਮਾਣ ਸਤਿਕਾਰ ਚੰਗਾ ਹੈਗਾ ਉਹਨਾਂ ਦਾ, ਅਤੇ ਉਹਨਾਂ ਨੂੰ ਵੀ ਬੇਨਤੀ ਮੈਂ ਕਰੂੰਗਾ ਵੀ ਇਸ ਪਰਿਵਾਰ ਨੂੰ ਨਿੱਜੀ ਤੌਰ 'ਤੇ ਮਿਲ ਕੇ ਜਿਹੜਾ ਹੈਗਾ ਪਰਿਵਾਰ ਨੂੰ, ਜਿਹੜਾ ਘਾਟਾ ਪਿਆ ਪਰਿਵਾਰ ਦੇ ਵਿੱਚ, ਉਹ ਘਾਟਾ ਤਾਂ ਨਹੀਂ ਪੂਰਾ ਹੋ ਸਕਦਾ ਬੱਚਿਆਂ ਦਾ, ਪਰ ਉਹਨਾਂ ਨੂੰ ਜਿਹੜਾ ਹੌਸਲਾ ਅਫਜ਼ਾਈ ਦਿੱਤਾ ਜਾਵੇ, ਉਹਨਾਂ ਦਾ ਜਿਹੜਾ ਘਰ ਮਕਾਨ ਆ ਉਹ ਬਣਾ ਕੇ ਦਿੱਤਾ ਜਾਵੇ, ਉਹਨਾਂ ਨੂੰ ਮਾਲੀ ਮਦਦ ਕੀਤੀ ਜਾਵੇ। ਹੁਣ ਇਸ ਤਰ੍ਹਾਂ ਕਰਕੇ ਵੀ ਮਜ਼ਦੂਰ ਜਿਹੜਾ ਝੋਨਾ ਲਾਉਂਦੇ ਸੀ, ਪਤਾ ਨਹੀਂ ਕਿੰਨਾ ਚਿਰ ਮੰਜੇ 'ਚ ਪੈ ਰਹਿਣਗੇ ਚਾਰੇ ਪਰਿਵਾਰ, ਜੇ ਹੁਣ ਕਿੰਨਾ ਚਿਰ ਇਹਨਾਂ ਦਾ ਇਲਾਜ ਹੋਊਗਾ। ਇਹਨਾਂ ਦਾ ਇਲਾਜ ਵੀ ਬਕਾਇਦਾ ਤੌਰ 'ਤੇ ਆਪਦੇ ਆ ਨਿੱਜੀ ਟਰੱਸਟ ਲੈ ਕੇ ਉਹਨਾਂ ਨੂੰ ਕਰਾਉਣਾ ਚਾਹੀਦਾ। ਕੀ ਨਾਂ ਜੀ ਤੁਹਾਡਾ? ਮਨਜੀਤ ਕੌਰ ਮੇਰਾ ਨਾਂ ਹੈ ਜੀ। ਪਿੰਡ ਬੀੜ ਸਿੱਖ ਵਾਲੇ ਦੇ ਰਹਿਣ ਵਾਲੇ ਹਾਂ। ਮੇਰੇ ਜੇਠ ਦੇ ਮੁੰਡੇ ਪੋਤੇ ਪੋਤੀਆਂ ਥੱਲੇ ਆ ਕੇ ਮਕਾਨ ਉੱਤੋਂ ਡਿੱਗ ਪਿਆ, ਰਾਤ ਨੂੰ ਆਏ ਸੀ, ਝੋਨਾ ਲਾ ਕੇ ਆਏ ਸੀਗੇ, ਆ ਕੇ ਰੋਟੀ ਪਾਣੀ ਖਾ ਕੇ ਪੈ ਗਏ, ਅਚਾਨਕ ਹੀ ਉੱਤੇ ਛੱਤ ਡਿੱਗ ਪਈ, ਮਲਬੇ ਦੇ ਥੱਲੇ ਆ ਗਏ। ਅਸੀਂ ਮਸਾ ਕੱਢੇ, 12:30 ਦਾ ਟਾਈਮ ਸੀਗਾ, ਦੁਪਹਿਰ ਨੂੰ ਪਤਾ ਲੱਗਾ ਪਿੰਡ ਵੀ ਆ ਗਿਆ, ਬਹੁਤ ਬੁਰੀ ਹਾਲਤ ਨਾਲ ਸੱਟਾਂ ਵੱਜੀਆਂ। ਇੱਕ ਬੇਟੀ ਸੀਗੀ 16-17 ਸਾਲ ਦੀ ਜੀ, ਉਹਦੇ ਬਹੁਤ ਜ਼ਿਆਦਾ ਸੱਟਾਂ ਵੱਜ ਗਈਆਂ। ਅਸੀਂ ਸਰਕਾਰ ਤੋਂ ਮੰਗ ਕਰਦੇ ਹਾਂ ਵੀ ਇਹਨਾਂ ਦੀ ਮਾਲੀ ਸਹਾਇਤਾ ਕੀਤੀ ਜਾਵੇ, ਇਲਾਜ ਕਰਵਾਇਆ ਜਾਵੇ, ਫਿਰ ਦੁਨੀਆਂ ਵਿੱਚ ਵੱਸਦੇ ਹੋ ਜਾਣ। ਧੰਨਵਾਦ ਸਰਕਾਰ ਦਾ ਕਰਾਂਗੇ।